ਜੈਮ ਟੀਵੀ ਵੇਖ ਰਹੇ तमाम ਤਰ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਤੇ ਨਮਸਕਾਰ ਪਿਆਰੇ ਦੋਸਤੋ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਵੱਖ-ਵੱਖ ਪੱਖ ਦੇ ਮੁੱਦਿਆਂ ਤੇ ਤੁਹਾਡੇ ਨਾਲ ਵਿਚਾਰ ਚਰਚਾ ਲੈ ਕੇ ਹਾਜ਼ਰ ਹੁੰਨੇ ਆ ਅੱਜ ਮੈਂ ਖੁਦ ਇੱਕ ਬਹੁਤ ਮਹੱਤਵਪੂਰਨ ਮੁੱਦੇ ਤੇ ਤੁਹਾਡੇ ਨਾਲ ਵਿਚਾਰ ਆਪਣੇ ਸਾਂਝੇ ਕਰ ਰਿਹਾ ਔਰ ਇਹ ਮੁੱਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਰੂਪਾਂ ਦੀ ਗੁੰਮਸ਼ੁਦਗੀ ਬਾਰੇ ਇਹ ਜਿਹੜਾ ਕਾਰਾ ਵਰਤਿਆ ਸੀ ਇਹ ਜੋ ਕੰਮ ਕਾਂਡ ਹੋਇਆ ਸੀ ਇਹ ਮਈ 2016 ਚ ਹੋਇਆ ਸੀ ਮਈ 2016 ਤੇ ਜਿਹੜੀ ਕਾਰਵਾਈ ਕੀਤੀ ਗਈ ਆ ਉਹ ਕੀਤੀ ਗਈ ਆ 2020 ਵਿੱਚ ਔਰ ਤੁਹਾਨੂੰ ਇਹ ਵੀ ਦੱਸਦੇ ਆ ਕਿ ਇਹ ਉਹ ਵਰਾ ਹੈ ਜਿਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜੀ ਸਿੱਖਾਂ ਦੀ ਮ mini ਪਾਰਲੀਮੈਂਟ ਗਿਣੀ ਜਾਂਦੀ ਹੈ ਧਾਰਮਿਕ ਸੰਸਥਾ ਸਰਮੌਰ ਸੰਸਥਾ ਗਿਣੀ ਜਾਂਦੀ ਹੈ ਇਹਦਾ ਸ਼ਤਾਬਦੀ ਵਰਾ ਮਨਾਇਆ ਜਾ ਰਿਹਾ ਉਹ ਸੋਹਰੇ ਦੇ ਦੌਰਾਨ ਇਹ ਕਾਰਵਾਈ ਕੀਤੀ ਗਈ ਹੈ ਹੁਣ ਤੁਸੀਂ ਇਹ ਸਹੀ ਜੀ ਪੁੱਛ ਸਕਦੇ ਹੋ ਜਾਂ ਤੁਹਾਡੇ ਮਨ ਚ ਇਹ ਸਵਾਲ ਪੈਦਾ ਹੋ ਸਕਦਾ ਹੈ ਕਿ ਇਹ ਪਤਾ ਕਿਵੇਂ ਲੱਗਾ ਇੰਨਾ ਚਿਰ ਕਿਉਂ ਨਹੀਂ ਪਤਾ ਲੱਗਾ 16 17 18 19 20 ਇੱਕ ਮੁਲਾਜ਼ਮ ਸੀ ਪਬਲਿਕੇਸ਼ਨ ਡਿਪਾਰਟਮੈਂਟ ਵਿੱਚ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਕਾਸ਼ਨ ਵਿਭਾਗ ਹੈ ਉਹਦਾ ਨਾਂ ਸੀ ਕਮਲਜੀਤ ਸਿੰਘ ਕਮਲਜੀਤ ਸਿੰਘ ਰਿਟਾਇਰ ਹੋਇਆ ਕੁਝ ਪਹਿਲਾਂ ਵੀ ਥੋੜੀ ਜਿਹੀ ਚਰਚਾ ਛਿੜੀ ਸੀ ਪਰ ਉਹਨੇ ਜਨਤਕ ਹੋ ਕੇ ਬਿਆਨ ਦਿੱਤੇ ਮੀਡੀਆ ਵਿੱਚ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 328 ਬੀੜਾਂ ਜਿਹੜੀਆਂ ਨੇ ਉਹ ਲਾਪਤਾ ਨੇ ਉਹਨਾਂ ਬਾਰੇ ਕੋਈ ਪਤਾ ਨਹੀਂ ਇਹ ਬਹੁਤ ਵੱਡੀ ਘਟਨਾ ਸੀ ਜਿਹਨੇ ਸਮੁੱਚੇ ਸਿੱਖ ਜਗਤ ਨੂੰ ਸਾਰੀ ਦੁਨੀਆ 'ਚ ਵਾਸਤੇ ਸਿੱਖਾਂ ਨੂੰ ਹਿਲਾ ਕੇ ਰੱਖ ਦਿੱਤਾ ਔਰ ਇਹ ਮੰਗ ਉੱਠਣ ਲੱਗੀ ਕਿ ਇਸ ਦੀ ਨਿਰਪੱਖ ਜਾਂਚ ਕੀਤੀ ਜਾਵੇ ਔਰ ਕਸੂਰਵਾਰਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਧਾਰਮਿਕ ਸਜ਼ਾ ਤਾਂ ਕਿ ਅੱਗੋਂ ਤੋਂ ਇਹੋ ਜੀ ਮੰਦ ਭਾਗੀ ਘਟਨਾ ਜਿਹੜੀ ਉਹਨਾਂ ਵਾਪਰੇ ਤੇ ਇਹਦੇ ਕਈ ਪੜਾਅ ਸ਼ੁਰੂ ਹੋਏ ਸਭ ਤੋਂ ਪਹਿਲਾਂ ਤੇ ਅਪੀਲ ਆਈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਕਾਰਜਕਾਰੀ ਜਥੇਦਾਰ ਨੇ ਸ਼੍ਰੀ ਕਲਤਕ ਸਾਬ ਦੇ ਉਹਨਾਂ ਕੋਲ ਉਹਨਾਂ ਨੇ ਪੰਜ ਸਿੰਘ ਸਹਿਬਾਨ ਦੀ ਜੇ ਬਾਹਰੋਂ ਨਹੀਂ ਆਉਂਦੇ ਸਿੰਘ ਸਾਹਿਬ ਹਜ਼ੂਰ ਸਾਹਿਬ ਵਾਲੇ ਜਾਂ ਪਟਨਾ ਸਾਹਿਬ ਵਾਲੇ ਤੇ ਇਥੋਂ ਦੇ ਗ੍ਰੰਥੀ ਸਹਿਬਾਨ ਨੂੰ ਪਾਲਿਆ ਜਾਂਦਾ ਪੰਜ ਦਾ ਕੋਰਮ ਪੂਰਾ ਕਰਨਾ ਹੁੰਦਾ ਹੈ ਉਹਨਾਂ ਨੇ ਪੰਜ ਦਾ ਕੋਰਮ ਪੂਰਾ ਕਰਕੇ ਤੇ ਇੱਕ ਇਹ ਆਪਣਾ ਹਦੇਸ਼ ਦਿੱਤਾ ਕਿ ਇਸ ਦੀ ਜਾਂਚ ਤਰਪਕ ਕੀਤੀ ਜਾਵੇਗੀ ਔਰ ਇਹ ਜਾਂਚ ਜਿਹੜੀ ਆ ਉਹ ਉਹਨਾਂ ਨੇ ਸੌਂਪੀ ਇੱਕ ਰਿਟਾਇਰਡ ਜੱਜ ਬੀਬੀ ਨਵਤਾ ਸਿੰਘ ਨੂੰ ਪਤਾ ਨਹੀਂ ਕੀ ਹੋਇਆ ਜਾਂ ਉਹਨਾਂ ਨੇ ਕੋ ਆਪਣੇ ਉਤੇ ਦਬਾਅ ਮਹਿਸੂਸ ਕੀਤਾ ਨਵਤਾ ਸਿੰਘ ਨੇ ਥੋੜੇ ਦਿਨਾਂ ਬਾਅਦ ਹੀ ਆਪਣੇ ਆਪ ਨੂੰ ਜਾਂਚ ਤੋਂ ਵੱਖ ਕਰ ਲਿਆ ਉਹਨਾਂ ਨੇ ਕਿਹਾ ਮੈਂ ਸਮਰੱਥਾ ਮੈਂ ਜਾਂਚ ਨਹੀਂ ਕਰ ਸਕਦੀ। لہذا ریٹائرڈ جج ਈਸ਼ਰ ਸਿੰਘ ਦੀ ਅਗਵਾਈ ਹੇਠ ਉਹਨਾਂ ਦੇ ਨਾਲ ਜਸਟਿਸ ਹਸਪੀਤ कौर ਤੇ ਇੱਕ ਸੀਏ چارٹرਡ اکاؤنٹنٹ ਜਸਲੀਨ कौर ਇਹਨਾਂ ਨੂੰ ਨਾਲ ਲਾ ਕੇ تینਾਂ ਦੀ ਇਹ ਕਮੇਟੀ ਬਣਾਈ ਗਈ ਜਾਂਚ ਕਮੇਟੀ اور ਉਹਨੂੰ ਕਿਹਾ ਗਿਆ ਕਿ 1 مہینے ਦੇ ਵਿੱਚ ਵਿੱਚ ਤੁਸੀਂ ਜਾਂਚ ਕਰਕੇ ਆਪਣੀ رپورٹ ਜਿਹੜੀ ਸ਼੍ਰੀ ਕਲਤਕ ਸਾਹਿਬ ਦੇ ਸੈਕਟਰੀਏਟ ਵਿੱਚ ਪੇਸ਼ ਕਰਨੀ ਹੈ। ਉਹਨਾਂ ਨੇ ਜਾਂਚ ਸ਼ੁਰੂ ਕੀਤੀ। ਜਾਂਚ ਦੇ ਸ਼ੁਰੂ ਹੋਣ ਦੇ ਨਾਲ ਹੀ ਇਹ ਗੱਲਾਂ ਆਉਣ ਲੱਗ ਪਈਆਂ ਸੀ ਮੀਡੀਆ 'ਚ ਕਈ ਤਰ੍ਹਾਂ ਵੱਲੋਂ ਕਿ ਇਹ ਜਿਹੜੇ ਜਸਟਿਸ ਈਸ਼ਰ ਸਿੰਘ ਨੇ ਰਿਟਾਇਰਡ ਇਹ ਸਾਬਕਾ ਡਿਪਟੀ ਮੁੱਖ ਮੰਤਰੀ ਤੇ ਸ਼ੋਮਨੀ ਕਾਲੀ ਦਰ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨੇੜੂ ਨੇ ਪਰ ਉਹਨਾਂ ਨੇ ਜਾਂਚ ਕੀਤੀ ਔਰ ਠੀਕ 1 ਮਹੀਨੇ ਬਾਅਦ ਉਹਨਾਂ ਨੇ ਰਿਪੋਰਟ ਜਿਹੜੀ ਸੀ ਉਹ ਸ਼੍ਰੀ ਕਾਲਤਕ ਸਾਹਿਬ ਦੀ ਸੈਕਟਰੀਏਟ ਵਿੱਚ ਪੇਸ਼ ਕਰ ਦਿੱਤੀ ਫਿਰ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ ਉਹਦੇ ਵਿੱਚ ਜਿਵੇਂ ਮੈਂ ਪਹਿਲਾਂ ਕਿਹਾ ਹਜ਼ੂਰ ਸਾਹਿਬ ਦੇ ਔਰ ਪਟਨਾ ਸਾਹਿਬ ਦੇ ਇਹਦੇ ਦੋ ਤਖਸੈਬਾਨ ਨੇ ਇਹਨਾਂ ਦੇ ਜਥੇਦਾਰ ਸਹਿਬਾਨ હાજર ਨਹੀਂ ਸੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੂੰ ਇੱਕ ਹੋਰ ਪੰਜ ਪਿਆਰੇ ਨੂੰ ਪਾ ਕੇ ਪੰਜ ਦਾ ਕੋਰੂ ਪੂਰਾ ਕਰਕੇ ਇਹ ਜਿਹੜਾ ਮਸਲਾ ਵਿਚਾਰਿਆ ਗਿਆ ਜਾਂਚ ਰਿਪੋਰਟ ਤੇ ਵਿਚਾਰ ਕੀਤੀ ਗਈ ਔਰ ਇਹ ਕਿਹਾ ਗਿਆ ਕਿ ਇਸ ਤੇ ਐਕਸ਼ਨ ਲਿਆ ਜਾਵੇਗਾ ਹੁਣ ਸ਼ੋਮਨੀ ਕਮੇਟੀ ਲਵੇਗੀ ਉਸ ਤੋਂ ਦੂਸਰੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿਹੜੀ ਅੰਤਰਿਕ ਕਮੇਟੀ ਹੁੰਦੀ ਹੈ ਉਹਦੀ ਮੀਟਿੰਗ ਹੋਈ ਔਰ ਇਹ ਮੀਟਿੰਗ ਅਮਰਸਰ ਤੋਂ ਬਾਹਰ ਹੋਈ ਵੱਲਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਡੀਕਲ ਕਾਲਜ ਹੈ ਇੰਸਟੀਚਿਊਟ ਹੈ ਉੱਥੇ ਹੋਈ ਅਮਰਸਰ ਤੋਂ ਉਰੇ ਪੈਂਦਾ ਹੈ ਇਹਦੀ ਪ੍ਰਧਾਨਗੀ ਕੀਤੀ ਆਮ ਆਂਗ ਪਾਈ ਗੋਬਿੰਦ ਸਿੰਘ ਲੰਗੋਵਾਲ ਨੇ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਇਹਦੇ ਸਾਰੇ ਮੈਂਬਰ ਤਕਰੀਬਨ ਹਾਜ਼ਰ ਸੀ ਇਹਨਾਂ ਨੇ ਵਿਚਾਰ ਵਟਾਂਦਰਾ ਤੋਂ ਬਾਅਦ ਫੈਸਲਾ ਦਿੱਤਾ ਜਾਂ ਇਹ ਬਿਆਨ ਜਾਰੀ ਕੀਤਾ ਕਿ 16 ਵਿਅਕਤੀ ਜਾਂ 16 ਕਰਮਚਾਰੀ ਜਾਂ ਅਹੁਦੇਦਾਰ ਮੁਲਾਜ਼ਮ ਇਸ ਨਿੰਦਣਯੋਗ ਕਾਰਵਾਈ ਲਈ ਜ਼ਿੰਮੇਵਾਰ ਨੇ ਉਹਨਾਂ ਵਿੱਚੋਂ 5 ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਜਾਂ ਡਿਸਮਿਸ ਕਰਤਾ ਗਿਆ ਤੇ 5 ਨੂੰ ਮੁਅਤਲ ਕਰ ਦਿੱਤਾ ਗਿਆ ਤੇ ਕਿਹਾ ਗਿਆ ਕਿ ਇਹਨਾਂ ਦੇ ਖਿਲਾਫ ਭਾਗੀ ਕਾਰਵਾਈ ਹੋਊਗੀ ਔਰ ਫੌਜਦਾਰੀ ਕੇਸ ਦਰਜ ਕੀਤੇ ਜਾਣਗੇ ਇਹਨਾਂ ਵਿੱਚੋਂ ਪ੍ਰਮੁੱਖ ਜਿਹੜੇ ਨੇ ਉਹ ਤਿੰਨ ਨਾਮ ਉੱਪਰ ਕੇ ਸਾਹਮਣੇ ਆਉਂਦੇ ਆ ਇੱਕ ਤਾਂ ਸਾਬਕਾ ਮੁਖਸ਼ਕਤਰ ਜਿਹਨਾਂ ਦੇ ਪਿੱਛੇ ਜਾਇ ਕਿਤਾਬ ਵੀ ਲਿਖੀ ਸੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ ਕਰਨ ਦੇ ਢੰਗ ਬਾਰੇ ਬਹੁਤ ਸਵਾਲ ਉਠਾਏ ਸੀ ਔਰ ਕਿਤਾਬ ਬੜੀ ਚਰਚਾ ਦਾ ਵਿਸ਼ਾ ਬਣੀ ਸੀ ਸਰਦਾਰ ਹਰਚਰਨ ਸਿੰਘ ਉਹ ਪਹਿਲੇ ਮੁਖਸ਼ਕਤਰ ਸੀ ਨਹੀਂ ਤਾਂ ਮੁਖਸ਼ਕਤਰ ਦਾ ਉਹਦਾ ਸ਼ੋਮਣੀ ਕਮੇਟੀ ਚ ਹੁੰਦਾ ਨਹੀਂ ਉਸ ਤੋਂ ਫਿਰ ਚੱਲ ਪਿਆ ਉਹਨਾਂ ਤੋਂ ਬਾਅਦ ਫਿਰ ਡਾਕਟਰ ਰੂਪ ਸਿੰਘ ਬਣੇ ਜਿਹੜੇ ਇੱਕ ਬੜਾ ਲੰਮਾ ਸਮਾਂ ਸਕਤਰ ਰਹੇ ਸ਼੍ਰੋਮਣੀ ਕਮੇਟੀ ਵਿੱਚ ਕੋਈ ਚਾਰਟਰਡ ਅਕਾਊਂਟੈਂਟ ਰੱਖਣ ਦੀ ਪਿਰਤ ਨਹੀਂ ਹੈ ਪਰ ਇਹ ਪਿਰਤ ਨਵੀਂ ਇੱਕ ਸ਼ੁਰੂ ਕੀਤੀ ਗਈ ਇੱਕ ਚਾਰਟਰਡ ਅਕਾਊਂਟੈਂਟ ਰੱਖੇਗਾ ਚੰਡੀਗੜ੍ਹ ਵਿੱਚ ਮਿਸਟਰ ਕੋਹਲੀ ਉਹਨਾਂ ਦੀ ਜਿਹੜੀ ਕੰਪਨੀ ਹੈ ਉਹਨੂੰ ਕਾਫੀ ਵੱਡੀ ਗਿਣਤੀ ਵਿੱਚ ਮਾਇਆ ਦਿੱਤੀ ਜਾਂਦੀ ਸੀ ਉਹਦੀਆਂ ਸੇਵਾਵਾਂ ਲੈਣ ਲਈ ਉਹਨੂੰ ਵੀ ਦੋਸ਼ੀ ਪਾਇਆ ਗਿਆ ਤੇਰਾ ਵਿੱਚੋਂ ਹਰਚਰਨ ਸਿੰਘ ਤਾਂ ਹੁਣ ਸੇਵਾ ਮੁਕਤ ਨੇ ਔਰ ਦੂਸਰੇ ਡਾਕਟਰ ਰੂਪ ਸਿੰਘ ਉਹ ਗਏ ਹੋ ਸੀ ਕੈਨੇਡਾ ਉਹ ਵਾਪਸ ਆਏ ਨੇ ਚਿੱਠੀ ਲਿਖੀ ਪ੍ਰਧਾਨ ਨੂੰ ਕਿ ਮੈਂ ਚਾਹੇ ਉਸੂਰਵਾਰ ਨਹੀਂ ਨਾ ਅਸਲੀ ਦੇ ਤੌਰ ਤੇ ਨਸਲੀ ਦੇ ਤੌਰ ਤੇ ਮੇਰਾ ਇਹ ਸਾਰੇ ਘਟਨਾਕ੍ਰਮ ਨਾਲ ਕੋਈ ਸਬੰਧ ਨਹੀਂ ਜੁੜਦਾ ਪਰ ਮੈਂ ਕਿਉਂਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖਸ਼ਕਤਰ ਹਾਂ ਇਸ ਕਰਕੇ ਮੈਂ ਗੁਰੂ ਦੇ ਪੈ ਤੇ ਭਾਵਨੀ ਵਿੱਚ ਨਿਰਪੱਖ ਆਪਣੇ ਆਪ ਨੂੰ નિર્ਦੋਸ਼ ਸਾਬਤ ਕਰਨ ਵਾਸਤੇ ਆਪਣਾ ਅਸਤੀਫਾ ਆਪਣੀ ਮਰਜ਼ੀ ਨਾਲ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇ ਰਿਹਾ। لہذا ਉਹਨਾਂ ਦਾ ਜਿਹੜਾ ਅਸਤੀਫਾ ਸੀ ਉਹ ਪ੍ਰਵਾਨ ਕਰ ਲਿਆ ਗਿਆ। ਤੇ ਸਰਦਾਰ ਮਹਿੰਦਰ ਸਿੰਘ ਆਲੀ ਜਿਹੜੇ ਨੇ ਉਹਨਾਂ ਨੂੰ ਹੁਣ ਮੁਖਸ਼ਕਤਰ ਲਾਇਆ ਗਿਆ ਕਾਰਜਕਾਰੀ ਅੱਗੋਂ ਵੇਖਦੇ ਕੀ ਬਣਦਾ ਇਹ ਤਾਂ ਵੱਡਾ ਘਟਨਾਕ੍ਰਮ ਹੈ ਬਹੁਤ ਵੱਡਾ ਇਹਦੇ ਵਿੱਚ ਹੁਣ ਸਵਾਲੇ ਉੱਠ ਰਹੇ ਨੇ ਇਹਦੀ ਨਿਰਪੱਖਤਾ ਤੇ ਸਭ ਤੋਂ ਵੱਡਾ ਸਵਾਲ ਜਿਹੜਾ ਉਹ ਦਮਦਮੀ ਟਕਸਾਲ ਦੇ ਸਾਬਕਾ ਮੁਖਬਲਾਰੇ ਔਰ ਅਕਾਲੀ ਦਲ ਡੈਮੋਕ੍ਰੈਟਿਕ ਦੇ ਅੱਗੇ ਆਗੂ ਭਾਈ ਮੋਹਕਮ ਸਿੰਘ ਨੇ ਉਠਾਇਆ ਪੁਰਨਾ ਨੇ ਉਠਾਇਆ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜਿਹੜੇ ਸਾਬਕਾ ਜਥੇਦਾਰ ਨੇ ਤੱਕ ਸ਼ੀਰਿ ਦਮਦਨ ਸਾਹਿਬ ਤੋਂ ਰਿੰਦੀ ਸਾਬੂ ਦੇ ਉਹਨਾਂ ਨੇ ਵੀ ਉਠਾਇਆ ਮੋਹਕਮ ਸਿੰਘ ਉਹਨਾਂ ਦਾ ਇਹ ਕਹਿਣਾ ਹੈ ਇਹ ਜਿਹੜੀ ਜਾਂਚ ਹੈ ਦਖਲ ਦੇ ਕੇ ਪ੍ਰਭਾਵਿਤ ਕੀਤੀ ਗਈ ਹੈ ਜਾਂਚ ਨਿਰਪੱਖ ਨਹੀਂ ਹੋਈ ਉਹਨਾਂ ਨੇ ਕਿਹਾ ਕਿ ਜਿਹੜੇ ਮਾਮੂਲੀ ਅਹੁਦਿਆਂ ਵਾਲੇ ਸੀ ਉਹਨਾਂ ਨੂੰ ਇਹਦੇ ਵਿੱਚ ਉਹਨਾਂ ਛੋਟੀਆਂ ਮੱਛੀਆਂ ਤੇ ਜਾਲ ਸੁੱਟੇ ਗਿਆ ਵੱਡੇ ਜਿਹੜੇ ਮਗਰਮੱਛ ਨੇ ਉਹਨਾਂ ਨੂੰ ਛੱਡ ਦਿੱਤਾ ਗਿਆ ਜਾਣ ਬੁੱਝ ਕੇ ਡੈਲੀਬਰੇਟਲੀ ਇਹ ਉਹਨਾਂ ਨੇ ਕਿਹਾ ਕਿ ਅੰਦਰ ਪੱਖ ਜਾਂਚ ਨਹੀਂ ਹੋਈ ਸਾਡੀ ਤਸੱਲੀ ਨਹੀਂ ਇਹ ਜਾਂਚ ਦੇ ਪੱਖ ਹੋਣੀ ਚਾਹੀਦੀ ਹੈ ਹਾਲੇ ਹੋਰ ਬਹੁਤ ਕੁਝ ਕਪੜੇ ਜਿਹੜੇ ਨੇ ਸਾਹਮਣੇ ਆਉਣ ਵਾਲੇ ਨੇ ਇਸ ਤੋਂ ਤੁਰੰਤ ਬਾਅਦ ਜਦੋਂ ਮੀਟਿੰਗ ਬਰਖਾਸਤ ਹੋ ਗਈ ਔਰ ਇਹ ਫੈਸਲਾ ਹੋ ਗਿਆ ਫਿਰ ਇੱਕ ਪ੍ਰੈਸ ਕਾਨਫਰੰਸ ਥੋੜੇ ਜਿਹਾ ਪੱਤਰਕਾਰਾਂ ਨਾਲ ਚੋਣਵਿਆਂ ਨਾਲ ਕੀਤੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗਵਾਲੇ ਉਹਨਾਂ ਨੇ ਕਿਹਾ ਕੁਝ ਲੋਕਾਂ ਨੇ ਸ਼ੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮਾਨ ਮੱਤੇ ਇਤਿਹਾਸ ਨੂੰ ਤੇ ਪਰੰਪਰਾਵਾਂ ਨੂੰ ਕਲੰਕਿਤ ਕੀਤਾ ਔਰ ਉਹਨਾਂ ਦੀ ਜਿਹੜੀ ਨੀਅਤ ਸੀ ਉਹ ਸਾਫ਼ ਨਹੀਂ ਸੀ ਉਹਨਾਂ ਦੇ ਕਰਕੇ ਕੌਮ ਨੂੰ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਹੁਤ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ। ਇੱਕ ਇਹ ਵੀ ਫੈਸਲਾ ਕੀਤਾ ਗਿਆ ਕਿ ਜਿਹੜੀ ਮੈਂ ਦੱਸਿਆ ਕੋਲੀ ਦੀ ਸਟੇਟਸ ਕੰਪਨੀ ਆ ਉਹਦੇ ਤੋਂ 75% ਦੀ ਵਸੂਲੀ ਕੀਤੀ ਜਾਵੇ। ਵੱਡੀ ਗੱਲ ਇਹ ਖੜੀ ਹੈ ਸਵਾਲਾਂ ਦਾ ਸਵਾਲ ਇਹ ਹੈ ਕਿ 328 ਸਰੂਪ ਗੁਰਗਨ ਸਾਹਿਬ ਮਹਾਰਾਜ ਦੇ ਜਿਹੜੇ ਮਈ 2016 ਚ ਲਾਪਤਾ ਹੋਏ ਉਹਨਾਂ ਬਾਰੇ ਹੁਣ ਤੱਕ ਕੋਈ ਥਾ ਪਤਾ ਨਹੀਂ ਲੱਗ ਸਕਿਆ। ਸ਼ੰਕਤਾਚ ਬੜੀ ਇਸ ਕਾਰਨੂੰ ਲੈ ਕੇ ਗੁੱਸੇ ਦੀ ਲਹਿਰ ਹੈ ਰੋਸ ਦੀ ਲਹਿਰ ਹੈ ਪੰਜ ਸਿੰਘ ਸਹਿਬਾਨ ਨੇ ਇੱਕ ਹੋਰ ਮਸਲਾ ਵਿਚਾਰਨ ਨਾਲ ਸੀ ਉਹਦੇ ਬਾਰੇ ਵੀ ਸਵਾਲ ਉੱਠ ਰਹੇ ਆ ਉਹ ਇਹ ਹੈ ਕਿ ਜਿਹੜਾ ਤਕਸ਼ੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਪਿੱਛੇ ਜਾ ਕੇ ਬਿਆਨ ਦਿੱਤਾ ਸੀ ਜੁਦਿਆ ਵੀ ਉਹ ਗਏ ਸੀ ਜਦੋਂ ਆਰਾਮ ਮੰਦਰ ਦਾ ਸ਼ਰਨ ਨਿਆਸ ਹੋਇਆ ਸੀ ਨੀ ਪੱਥਰ ਰੱਖਿਆ ਗਿਆ ਸੀ ਉਹਨਾਂ ਨੇ ਉੱਥੇ ਠੋਕ ਵਜਾ ਕੇ ਕਿਹਾ ਸੀ ਸਿੱਖ ਜਿਹੜੇ ਨੇ ਇਹ ਲਵਕੁਸ਼ ਦੀ ਵਾਂਸ ਵਿੱਚੋਂ ਨੇ ਤੇ ਬਹੁਤ ਸਾਰੇ ਪਾਸਿਆਂ ਤੋਂ ਇਹਦਾ ਵਿਰੋਧ ਹੋਇਆ ਤੇ ਨਾਲੇ ਮੰਗ ਉੱਠੀ ਕਿ ਜਥੇਦਾਰ ਇਕਬਾਲ ਸਿੰਘ ਦੇ ਖਿਲਾਫ ਬਣਦੀ ਕਾਰਵਾਈ ਪੰਥਕ ਵਿਧਾਨਤਾ ਕੀਤੀ ਜਾਵੇ ਹੁਣ ਇਹਦੇ ਵਿੱਚ ਇਹ ਹੋਇਆ ਮੀਟਿੰਗ 'ਚ ਕਿ ਪੰਜ ਸਿੰਘ ਸਹਿਬਾਨ ਨੇ ਕੋਈ ਐਕਸ਼ਨ ਉਹਦੇ ਖਿਲਾਫ ਨਹੀਂ ਲਿਆ ਸਿਰਫ ਇਹਨਾ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਪੰਥ ਗਿਆਨੀ ਇਕਬਾਲ ਸਿੰਘ ਸਾਹਿਬ ਦਾ ਜਥੇਦਾਰ ਦੇ ਬਿਆਨ ਤੋਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਵੱਖ ਕਰਦਾ ਹੈ ਉਧਰ ਸਰਬਤ ਖਾਲਸਾ ਦੇ ਇਹੜਾ ਚੁਬਾ ਵਿੱਚ ਹੋਇਆ ਸੀ ਥਾਪੇ ਗਏ ਸ਼੍ਰੀ ਕਲਤਕ ਸਾਹਿਬ ਦੇ ਮਤਵਾਜ਼ੀ ਜਥੇਦਾਰ ਪਾਈ ਧਿਆਨ ਸਿੰਘ ਮੰਡ ਨੇ ਗਿਆਨੀ ਇਕਬਾਲ ਸਿੰਘ ਨੂੰ ਪੰਥ ਵਿੱਚੋਂ ਛੇਕ ਦਿੱਤਾ ਅਤੇ ਨਾਲ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਆ ਰਾਮ ਮੰਦਰ ਦੇ ਅਯੁੱਧੇਵਸ਼ਰਨਾ ਨਿਆਸ ਮੌਕੇ ਦਿੱਤੇ ਗਏ ਭਾਸ਼ਣ ਦੇ ਕੁਝ ਅੰਸ਼ਾਂ ਤੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ ਅਤੇ ਸਵਾਲ ਉਠਾਏ ਨੇ ਤੇ ਉਹਨਾਂ ਨੂੰ ਜਵਾਬ ਦੇਣ ਲਈ ਅਪੀਲ ਕੀਤੀ ਹੈ ਔਰ ਇੱਕ ਹੋਰ ਮਸਲਾ ਵੀ ਜਿਹੜਾ ਉਹ ਹੈ ਉਹ ਹੈ ਡੇਰਾਵਾਦ ਡੇਰਾਵਾਦ ਦੀਆਂ ਵੱਖ-ਵੱਖ ਮਰਿਆਦਾਵਾਂ ਨੇ ਇੱਕ ਤਾਂ ਸ਼੍ਰੀ ਕਲਤਕ ਸਾਬਰੋ ਸਰਪ੍ਰਾਨਤ ਮਰਿਆਦਾ ਹੈ ਉਹ ਡੇਰਿਆਂ ਵਾਲੇ ਲਾਗੂ ਨਹੀਂ ਕਰਦੇ ਤੇ ਜਦੋਂ ਢੜੀਆਂ ਵਾਲੇ ਦਾ ਮਸਲਾ ਭਾਈ ਰਣਜੀਤ ਸਿੰਘ ਦਾ ਉਠਿਆ ਤੇ ਉਹਨਾਂ ਨੇ ਕਿਹਾ ਕਿ ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਤਿਆਰ ਹਾਂ ਅੰਦਰ ਪੱਖ ਚੈਨਲ ਤੇ ਮੇਰੇ ਨਾਲ ਕੋਈ ਵੀ ਗੱਲਬਾਤ ਕਰ ਸਕਦਾ ਹੈ ਪਰ ਇੱਕ ਜਿਹੜੀ ਪੰਥਕ ਮਰਿਆਦਾ ਉਹਨੂੰ ਤਾਂ ਬਹਾਲ ਕੀਤਾ ਜਾਵੇ ਯਕਸਾਂ ਕੀਤਾ ਜਾਵੇ ਯਾਨੀ ਇੱਕੋ ਜਿਹੀ ਇੱਕੋ ਜਿਹੀ ਮਰਿਆਦਾ ਲਾਗੂ ਕੀਤੀ ਜਾਵੇ ਇਹ ਮਸਲਾ ਵੀ ਹਾਲੇ ਵਿਚਾਰਨਯੋਗ ਹੈ ਹੋਰ ਬਹੁਤ ਸਾਰੇ ਮਸਲੇ ਜਿਹਨਾਂ ਬਾਰੇ ਆਉਂਦੇ ਦਿਨਾਂ ਵਿੱਚ ਅਸੀਂ ਤੁਹਾਡੇ ਨਾਲ ਫੇਰ ਗੱਲਬਾਤ ਕਰਾਂਗੇ ਔਰ ਤੁਹਾਨੂੰ ਜਾਣਕਾਰੀ ਜਿਹੜੀ ਹੈ ਉਹ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕਰਾਂਗੇ ਤੋਂ ਇਸ ਚੈਨਲ ਨੂੰ ਤੁਸੀਂ ਵੇਖਦੇ ਹੋ ਔਰ ਵੱਖ-ਵੱਖ ਐਪੀਸੋਡਸ ਨੂੰ ਤੁਸੀਂ ਆਪਣਾ ਭਰਪੂਰ ਹੰਗਾਰਾ ਦਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਐਪੀਸੋਡ ਨੂੰ ਵੇਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ